ਹਿੰਸਕ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਕਾਂਗਰਸੀ ਵਿਧਾਇਕ ਡਾਕਟਰ ਹਰਜੋਤ ਕਮਲ, ਸੁਖਜੀਤ ਸਿੰਘ ਕਾਕਾ ਲੋਗੜ, ਦਰਸ਼ਨ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਟਕ ਪ੍ਰਧਾਨ ਵਿਜੇ ਧੀਰਨ ਐਡਵੋਕੇਟ ਨੂੰ ਮਜ਼ਦੂਰ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ। ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਨੇ ਆਪਣੇ ਵਿਚਾਰ ਮਜ਼ਦੂਰ ਵੀਰਾਂ ਨਾਲ ਸਾਂਝੇ ਕੀਤੇ। ਸਪੈਸ਼ਲ ਤੌਰ 'ਤੇ ਟਰਾਫੀ ਦੇ ਕੇ ਸਨਮਾਨ ਕੀਤਾ ਜਾ ਰਿਹਾ, ਉਹਨਾਂ ਲਈ ਵੀ ਜ਼ੋਰਦਾਰ ਤਾੜੀ ਮਾਰ ਦਿਓ ਖੁੱਲ੍ਹ ਕੇ ਜਰਾ। ਕਿ ਨਹੀਂ ਸੂਰਮਾ ਜੋ ਗੋਲੀ ਮੂਹਰੇ ਇੱਕ ਤੜਦਾ ਨਹੀਂ, ਅਤੇ ਕੈਦ ਕੱਟੀ ਤੋਂ ਬਿਨਾਂ ਆਦਮੀ ਲੀਡਰ ਬਣਦਾ ਨਹੀਂ, ਉਹਦੇ ਲਈ ਬਹੁਤ ਕੁਛ ਕਰਨਾ ਪੈਂਦਾ, ਸਮਾਜ ਦੀ ਸੇਵਾ ਕਰਨੀ ਪੈਂਦੀ। ਇੱਥੋਂ ਦੇ ਸਾਡੇ ਬਾਘਾ ਪੁਰਾਣਾ ਦੇ MLA ਸਰਦਾਰ ਦਰਸ਼ਨ ਸਿੰਘ ਜੀ ਬਰਾੜ, ਇੰਟਕ ਦੇ ਕਾਂਗਰਸ ਦੇ ਪ੍ਰਧਾਨ ਵਿਜੇ ਧੀਰ ਜੀ, ਉਹਨਾਂ ਨੇ ਨਾਲ ਦਵਿੰਦਰ ਸਿੰਘ ਜੋੜਾ ਜੀ ਅਤੇ ਸਮੂਹ ਇਹਨਾਂ ਦੀ ਇੰਟਕ ਦੀ ਜਥੇਬੰਦੀ ਸਾਰੀ, ਉਹ ਇੱਥੋਂ ਦੇ ਜਿਹੜੇ ਕਲਾਕਾਰ ਲੱਗੇ ਸੀ ਆਪਣੇ ਨਿੱਕਾ ਸਿੰਘ ਦਰਦੀ ਜੀ ਅਤੇ ਉਹਨਾਂ ਦੀ ਬੇਟੀ ਸਾਰੇ ਹੀ ਅਤੇ ਮੇਰੇ ਦਰਸ਼ਕ ਵੀਰੋ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸਤਪਾਲ ਪਾਗੀਕੇ, ਨਿਊਜ਼ ਟਾਈਮ ਪੰਜਾਬ, ਮੋਗਾ।